ਜਵਾਬ ਦੇਣਾ ਦੱਸੋ ਬਾਬਾ ਜੀ, ਜਵਾਬ ਗਲਤੀ ਹੋ। ਇੱਕ ਤਾਂ ਤੁਸੀਂ ਦੇਖੋ ਅੰਮ੍ਰਿਤਧਾਰੀ ਹੋ ਕੇ ਮਰਿਆਦਾ ਹੁੰਦੀ ਹੈ, ਤੁਸੀਂ ਮਰਿਆਦਾ ਭੰਗ ਕੀਤੀ, ਕੀ ਕਹਿਣਾ ਚਾਹੁੰਦੇ ਹੋ? ਮਾਫੀ ਕੀ ਸ਼ਰਾਬ ਸ਼ੋਭਾ ਦਿੰਦੀ ਹੈ? ਨਹੀਂ ਮੇਰਾ ਨਾਮ ਆ ਹਰਪ੍ਰੀਤ ਸਿੰਘ ਖਾਲਸਾ, ਪਿੰਡ ਕੁੱਲੇਵਾਲ। ਜਿਵੇਂ ਕਿ ਤੁਸੀਂ ਕਹਿ ਰਹੇ ਵਿਅਕਤੀ ਅੰਮ੍ਰਿਤਧਾਰੀ ਜੋ ਸ਼ਰਾਬ ਦੇ ਨਾਲ ਫੜਿਆ, ਕੀ ਮਾਮਲਾ ਹੋਇਆ, ਕਿੱਥੇ ਦੀ ਘਟਨਾ? ਇਹ ਘਟਨਾ ਜੀ ਬਰਧਾਲਾ ਠੇਕੇ ਦੀ। ਮੇਰਾ ਰਿਸ਼ਤੇਦਾਰ ਆ ਮੁੰਡਾ, ਤੇ ਉਹ ਉੱਥੇ ਬੈਠਾ ਸੀ ਤੇ ਉਹਨੇ ਦੱਸਿਆ ਮੈਨੂੰ ਫੋਨ ਕਰਕੇ ਵੀ ਇੱਦਾਂ ਕਰਕੇ ਵੀ ਇੱਕ ਅੰਮ੍ਰਿਤਧਾਰੀ ਬੰਦਾ ਇੱਥੇ ਬੈਠਾ ਸ਼ਰਾਬ ਪੀ ਰਿਹਾ। ਵੀ ਮੈਂ ਉਹਨੂੰ ਰੋਕਿਆ ਤੇ ਮੇਰੇ ਰੋਕਣ ਦੇ ਬਾਵਜੂਦ ਕਹਿੰਦਾ ਵੀ ਮੇਰਾ ਕੋਈ ਕੀ ਵਿਗਾੜ ਦੂਗਾ, ਮੈਂ ਤਾਂ ਪੀਣ ਤੂੰ ਕੌਣ ਹੁੰਦਾ ਮੈਨੂੰ ਕਹਿਣੇ ਵਾਲਾ। ਫਿਰ ਅਸੀਂ 10 ਮਿੰਟ ਦੇ ਵਿੱਚ ਵਿੱਚ ਅਸੀਂ ਉੱਥੇ ਪਹੁੰਚ ਗਏ, ਪਹੁੰਚ ਕੇ ਜਾ ਕੇ ਫੜ ਲਿਆ ਬੰਦਾ। ਕਿੰਨੇ ਜਣੇ ਪਹੁੰਚੇ ਤੁਸੀਂ ਉੱਥੇ? ਅਸੀਂ 2 ਜਣੇ ਪਹੁੰਚੇ ਜੀ ਮੌਕੇ ਤੇ। ਜਦੋਂ ਤੁਸੀਂ ਜਿਹੜਾ ਅੰਮ੍ਰਿਤਧਾਰੀ ਤੋਂ ਵਿਅਕਤੀ ਮਿਲੇ ਉਹਨਾਂ ਕਿੰਨੇ ਜਾਣੇ ਸੀ? ਉਹਦੇ ਨਾਲ 2 ਜਣੇ ਸੀ, ਉਹ ਮੇਰੇ ਹਿਸਾਬ ਨਾਲ ਮੈਨੂੰ ਭਈਏ ਲੱਗੇ ਨੇ। ਉਹਨਾਂ ਕੋਲ ਵੀ 2 ਬੋਤਲਾਂ ਫੜੀਆਂ ਸੀ ਤੇ ਇਹ ਬੰਦੇ ਨੇ ਜਿੱਥੋਂ ਸਾਨੂੰ ਦੱਸਿਆ ਸਾਡੇ ਰਿਸ਼ਤੇਦਾਰ ਨੇ, ਇਹਦੇ 2 ਬੋਤਲਾਂ ਸਕੂਟੀ ਦੀ ਡਿੱਗੀ ਚ ਪਾਈਆਂ। ਇਹ ਨਾਮ ਇਹਦਾ ਜੀ ਹੈਗਾ ਇਹ ਹਰਿਆਣੇ ਵੱਲ ਦਾ, ਕਿੱਥੇ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ ਹੈ, ਸਤਿਅਮ ਕੋਲਡ ਸਟੋਰ ਦੇ ਵਿੱਚ ਕੰਮ ਕਰ ਰਿਹਾ। ਨਾਮ ਹਜੇ ਸਾਨੂੰ ਇਹਦਾ ਪਤਾ ਨਹੀਂ ਲੱਗਿਆ ਕਿਉਂਕਿ ਪਤਾ ਲਾ ਕੇ ਬੋਲ ਰਿਹਾ ਪ੍ਰਸ਼ਾਸਨ ਵਾਲਿਆਂ ਨੇ, ਆਪਣੇ ਭਰਦਾਲਾ ਚੌਂਕੀ ਵਾਲਿਆਂ ਨੇ ਇਹਦਾ ਨਾਮ ਐਡਰੈਸ ਲਿਖ ਲਿਆ। ਜਿਵੇਂ ਕਿ ਅੰਮ੍ਰਿਤਧਾਰੀ ਕੰਮ ਨਹੀਂ ਕਰਨਾ ਚਾਹੀਦਾ, ਤੁਸੀਂ ਕੀ ਫਿਰ ਅੱਗੇ ਖੁਸ਼ ਹੋ ਕੇ ਕੀ ਕਰਦੇ? ਦੇਖੋ ਜੀ, ਅਸੀਂ 10-15 ਕੁ ਦਿਨ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਉਹਦੇ ਵਿੱਚ ਅਸੀਂ ਸਾਫ਼ ਲਫ਼ਜ਼ਾਂ ਵਿੱਚ ਕਿਹਾ ਸੀ ਵੀ ਸਾਨੂੰ ਕੋਈ ਵੀ ਬਾਣੇ ਵਾਲਾ ਜਾਂ ਅੰਮ੍ਰਿਤਧਾਰੀ ਬੰਦਾ ਕੋਈ ਵੀ ਸਾਨੂੰ ਗਲਤ ਹਰਕਤ ਕਰਦਾ ਮਿਲ ਗਿਆ, ਕੋਈ ਨਸ਼ਾ ਕਰਦਾ ਮਿਲ ਗਿਆ, ਸ਼ਰਾਬ ਪੀਂਦਾ ਮਿਲ ਗਿਆ, ਸਿੰਘਾਂ ਵੱਲੋਂ ਜੋ ਕਾਰਵਾਈ ਹੋਣੀ ਉਹ ਅਲੱਗ, ਪ੍ਰਸ਼ਾਸਨ ਵੱਲੋਂ ਉਹਦੇ ਖਿਲਾਫ਼ ਜੋ ਬਣਦੀ ਕਾਨੂੰਨੀ ਕਾਰਵਾਈ ਅਸੀਂ ਉਹ ਕਰਵਾਵਾਂਗੇ। ਤੁਹਾਡੇ ਵੱਲੋਂ ਕੀ ਕਾਰਵਾਈ? ਸਾਡੇ ਵੱਲੋਂ ਤਾਂ ਅਸੀਂ ਜੀ ਉਹਨੂੰ ਜਿਵੇਂ ਸੀਗਾ ਨੋਰਮਲ ਅਸੀਂ ਲਿਆ ਕੇ ਪ੍ਰਸ਼ਾਸਨ ਦੇ ਖਿਲਾਫ਼ ਬਿਲਕੁਲ ਉਹ ਕਰਤਾ, ਕੋਈ ਚੈੱਕ ਨਹੀਂ ਕੀਤਾ ਬੰਦੇ ਨੂੰ। ਹੁਣ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਜਾ ਰਹੀ? ਪ੍ਰਸ਼ਾਸਨ ਵਾਲੇ ਜੀ ਉਹਦਾ ਮੁਲਾਜ਼ਾ ਕਰਾਉਣ ਆਪਣੇ ਸਿਵਲ ਹਸਪਤਾਲ ਸਮਰਾਲੇ ਲੈ ਕੇ ਆਏ ਨੇ ਜੀ, ਅਤੇ ਹੁਣ ਇਸ ਟਾਈਮ ਉਹਦਾ ਮੁਲਾਜ਼ਾ ਹੋ ਰਿਹਾ। ਉਹ ਸਾਡੀ DSP ਸਾਹਿਬ ਨਾਲ ਵੀ ਗੱਲ ਹੋਈ ਸੀ, ਉਹ ਕਹਿੰਦੇ ਵੀ ਜੋ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਸੀਂ ਇਹਦੇ ਕਰਾਂਗੇ। ਕੀ ਲੱਗਦਾ ਇਹ ਹੈ ਇਹਦੇ ਅੰਮ੍ਰਿਤ ਛਕਿਆ ਹੋਇਆ ਜਾਂ ਕੀ? ਇਹ ਕਹਿ ਰਿਹਾ ਅੰਮ੍ਰਿਤ ਛਕਿਆ ਹੋਇਆ, ਪਰ ਇਹ ਅੰਮ੍ਰਿਤ ਨੂੰ ਬਦਨਾਮ ਕਰ ਰਹੇ ਨੇ, ਜਾਣ ਬੁੱਝ ਕੇ ਠੇਕੇ ਤੇ ਜਾ ਕੇ ਸ਼੍ਰੀ ਸਾਹਿਬ ਪਾ ਕੇ ਬੈਠਣਾ ਉੱਥੇ ਤੇ ਸਿੱਖਾਂ ਨੂੰ ਬਦਨਾਮ ਕਰਨਾ। ਅਸੀਂ ਹੁਣ ਬੰਦੇ ਨੂੰ ਕਿਹਾ ਵੀ ਤੈਨੂੰ ਐਡੀ ਵੱਡੀ ਲੱਤ ਲੱਗੀ ਹੋਈ ਆ ਵੀ ਤੈਨੂੰ ਸ਼ਰਮ ਨੀ ਆ ਰਹੀ, ਤੂੰ ਸ਼੍ਰੀ ਸਾਹਿਬ ਪਾ ਕੇ ਤੇ ਠੇਕੇ ਤੇ ਬੈਠ ਕੇ ਸ਼ਰਾਬ ਪੀ ਰਿਹਾ। ਇਹਦੇ ਨਾਲ ਪੂਰੇ ਧਰਮ ਦੀ, ਸਿੱਖ ਧਰਮ ਦੀ, ਪੂਰੇ ਸਿੱਖ ਧਰਮ ਨੂੰ ਲਾਜ ਲੱਗ ਰਹੀ ਹੈ, ਸਾਡੀ ਕੀ ਇੱਜ਼ਤ ਰਹਿੰਦੀ ਹੈ ਲੋਕਾਂ ਦੇ ਸਾਹਮਣੇ? ਮਤਲਬ ਉਮਰ ਛਕਿਆ ਜਾਂਦਾ, ਸਹੀ ਗੱਲ ਕਹੀ ਜਾਂਦੀ ਹੈ। ਹਾਂਜੀ ਹਾਂਜੀ, ਸਾਨੂੰ ਜਦੋਂ 5 ਪਿਆਰੇ ਸਾਨੂੰ ਇਹ ਚੀਜ਼ਾਂ ਸਾਨੂੰ ਉਹ ਵਰਜਦੇ ਨੇ, ਸ਼ਰਾਬ ਦਾ ਸੇਵਨ ਸਾਡਾ ਬਜਰ ਕਰਿਆ ਤੁਹਾਡੇ ਵਿੱਚ ਆਉਂਦਾ, ਜਿਹੜੀ ਬਜਰ ਕਰਿਆ ਤੇ ਸਭ ਤੋਂ ਪਹਿਲਾਂ ਸ਼ਰਾਬ ਦਾ ਆਉਂਦਾ। ਮਹਾਰਾਜ ਨੇ ਇਹ ਚੀਜ਼ ਤੋਂ ਸਾਨੂੰ ਰੋਕਿਆ, ਪਰ ਇਹ ਲੋਕ ਜਿਹੜੇ ਬਦਨਾਮ ਕਰਨ ਵਾਲੇ ਨੇ ਸਿੱਖ ਕੌਮ ਨੂੰ, ਸਿੱਖ ਧਰਮ ਨੂੰ, ਤੇ ਇਹੋ ਜਿਹੇ ਲੋਕਾਂ ਦੇ ਜੋਨੀ ਵੀ ਵੱਧ ਤੋਂ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਇਹਨਾਂ ਤੇ ਕੀਤੀ ਜਾ। ਤੁਹਾਡੇ ਵੱਲੋਂ ਕੀ ਕਾਰਵਾਈ ਕੀਤੀ ਜਾਊਗੀ? ਜੀ ਸਾਡਾ ਮੈਸੇਜ ਇਹੀ ਆ ਵੀ ਚਲੋ ਬਿਰਧ ਸੀ, ਬਜ਼ੁਰਗ ਸੀ ਬੰਦਾ, ਪਰ ਸਾਨੂੰ ਕੋਈ ਅੱਗੇ ਤੋਂ ਅਸੀਂ ਕਿਸੇ ਨਾਲ ਲਿਹਾਜ਼ ਨਹੀਂ ਕਰਨੀ, ਅਸੀਂ ਆਪਣੀ ਕਾਰਵਾਈ ਕਰਕੇ ਅਸੀਂ ਫਿਰ ਪ੍ਰਸ਼ਾਸਨ ਕੋਲ ਫੜਾਵਾਂਗੇ ਬੰਦੇ ਨੂੰ। ਇਹਦੀ ਉਮਰ ਲੱਗਦੀ ਆ 60-65 ਸਾਲ ਤੋਂ ਉੱਪਰ ਵੱਧ ਸੀ, ਬਜ਼ੁਰਗ ਕਰਕੇ ਸੀ, ਚਲੋ ਇਹਦੇ ਦਾੜੇ ਕਰਕੇ, ਚਿੱਟੇ ਦਾੜੇ ਕਰਕੇ ਅਸੀਂ ਨਹੀਂ ਛੱਡਿਆ,
ਪੁਲਿਸ ਪ੍ਰਸ਼ਾਸਨ ਦੇ ਫੁਰਦ ਕਰਦਾ ਬੰਦਾ, ਗਾਹਾਂ ਨੂੰ ਸਾਨੂੰ ਕੋਈ ਇਹੋ ਜਿਹਾ ਕੋਈ ਅਣਗਹਿਲੀ ਕਰਦਾ ਬੰਦਾ ਮਿਲ ਗਿਆ, ਪਹਿਲਾਂ ਅਸੀਂ ਆਪ ਸੋਧਾਂਗੇ ਉਹਨੂੰ. ਹਾਂਜੀ ਹਾਂ, ਵੀਡੀਓ ਬਣਾਈ ਆ ਮੌਕੇ ਦੀ, ਸਾਰੀ ਵੀਡੀਓ ਬਣਾਈ ਆ ਉੱਥੇ ਦੀ. ਡਾਕਟਰ ਹਾਂਜੀ, ਇਹ ਲੈ ਕੇ ਆਇਆ ਬਲਵਿੰਦਰ ਸਿੰਘ ਤਾਂ ਨਵਜੀਤ ਸਿੰਘ, ਇਹ ਹੈਗਾ ਪਿੰਡ ਰਤਨਗੜ੍ਹ ਦਾ ਡਿਸਟ੍ਰਿਕਟ ਛੇਤਰ, ਉੱਥੋਂ ਲੈ ਕੇ ਆਇਆ ਇਹ, ਤੇ ਇਹ ਜਿਹੜਾ ਮੈਡੀਕਲ ਐਗਜ਼ਾਮੀਨੇਸ਼ਨ ਵਾਸਤੇ ਲੈ ਕੇ ਆਏ ਸੀਗੇ, ਇਹਦੇ ਜਿਹੜੇ ਸਮੈਲ ਸੀਗੀ ਬਹੁਤ ਹੀ ਡਰੈਸ ਚੋਂ ਆ ਰਹੀ ਸੀਗੀ, ਬਾਕੀ ਇਹਦੇ ਜਿਹੜੇ ਬਲੱਡ ਸੈਂਪਲ ਲਏ ਆ ਉਹ ਅਲਕੋਹਲ ਦੀ ਪਰਸੈਂਟੇਜ ਵਾਸਤੇ ਭੇਜਾਂਗੇ ਲੈਬੋਰਟਰੀ ਦੇ ਵਿੱਚ. ਉਹ ਜਦੋਂ FIR ਮਿਲ ਜੂਗੀ ਕਾਪੀ ਉਹਦੇ ਨਾਲ ਪੁਲਿਸ ਨੂੰ ਹੈਂਡ ਓਵਰ ਕਰ ਦਾਂਗੇ ਸੈਂਪਲ.